ਇੱਥੇ ਘਟਨਾ ਜੀ ਆਹੀ ਵਾਕਾ ਹੋ ਗਿਆ ਸਾਡੇ ਤਾਂ ਕਦੇ ਇਹੋ ਜਿਹਾ ਹੋਇਆ ਹੀ ਨਹੀਂ ਵਾਕਾ ਹਾਂ ਸਾਨੂੰ ਤਾਂ ਸਾਂ ਸੀ ਮੁੰਡਾ ਘੇਰ ਲਿਆ ਇਹਨਾਂ ਨੂੰ ਤਾਂ ਘਰਦਿਆਂ ਨੂੰ ਇਹ ਹੋਇਆ ਵੀ ਨਸ਼ੇ ਵਾਲੇ ਨੇ ਘੇਰ ਲਿਆ ਮੁੰਡਾ ਟੀਕਾ ਲਾਉਣ ਗਿਆ ਸੀ ਕਿਉਂ ਪੈਸਾ ਟਕਾ ਹੁੰਦਾ ਹੈਗਾ ਉਹਦਾ ਟੀਕਾ ਜਦੋਂ ਚੀਕ ਚੰਗਿਆੜਾ ਪੈ ਗਿਆ ਤੇ ਭੱਜ ਕੇ ਗੰਗਿਆ ਤੇ ਮੁੰਡਾ ਉੱਧਰ ਕਿਤੇ ਹੈਗਾ ਸੀ ਸੰਤ ਸੰਦੇੜਾ ਮੁੰਡੇ ਕੋਲੇ ਤੇ ਉੱਥੇ ਉਹ ਕਰਤਾ ਤੇ ਕੁੜੀਆਂ ਜਦੋਂ ਭੱਜ ਕੇ ਕੁੜੀ ਉੱਤੇ ਡਿੱਗ ਪੀ ਜਾ ਕੇ ਕੁੜੀ ਦੇ ਮਾਰਿਆ ਕੁਛ ਹਾਂ ਕੁੜੀ ਮੁੱਕ ਗਈ ਥਾਂ ਤੇ ਹਾਂ ਕੁੜੀਆਂ ਨੇ ਲਾ ਲਾ ਲੀੜੇ ਉੱਤੇ ਬਲੇਟ ਤੇ ਕਾਰਨ ਕਾਰਨ ਫਿਰ ਆਹੀ ਜੀ ਸੀ ਧੱਕੇ ਨਾਲ ਜਾਂਦਾ ਸੀ ਕੁੜੀ ਨੂੰ ਅੱਛਾ ਜਦੋਂ ਕੁੜੀ ਕਹਿੰਦੀ ਮੈਂ ਇਹ ਕੰਮ ਕਰ ਬੈਠੀ ਹੁਣ ਨਹੀਂ ਜਾਂਦੀ ਅੱਛਾ ਹਾਂ ਵੀ ਧੱਕੇ ਨਾਲ ਜਾਂਦਾ ਸੀ ਧੱਕੇ ਨਾਲ ਹੀ ਆਇਆ ਸੀ ਰੱਜ ਕੇ ਅੱਛਾ ਜੀ ਹੈਂ ਜਾਂ ਕਿਸੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਪੀਤੀ ਹੋਈ ਸੀ ਅੱਛਾ ਸ਼ਰਾਬ ਪੀਤੀ ਹੋਈ ਪਹਿਲਾਂ ਵੀ ਕਦੇ ਲੜਾਈ ਝਗੜਾ ਹੋਇਆ ਹੈ ਨਾ ਪਹਿਲਾਂ ਨਹੀਂ ਜੀ ਹੋਇਆ ਪਹਿਲਾਂ ਜਦੋਂ ਗੱਲ ਜੀ ਇਹਨਾਂ ਦੀ ਹੋਈ ਸੁਣੀ ਅਸੀਂ ਮਾੜੀ ਮੋਟੀ ਜੀ ਉਹ ਤਾਂ ਇਹਨਾਂ ਨੇ ਵਿੱਚੀ ਦਵਾ ਲਈ ਕੁੜੀ ਕਹਿੰਦੀ ਮੈਂ ਨਹੀਂ ਜਾਂਦੀ ਜੇ ਤੋਰੋਂਗੇ ਤਾਂ ਜਾਵਾਂ ਨਹੀਂ ਜਾਂਦੀ ਨਾ ਕੁੜੀ ਇਸ ਗੱਲ ਦੀ ਬੇਸ਼ਰਮੀ ਬਹੁਤ ਮੰਨ ਗਈ ਹੈਂ ਵੀ ਆਹ ਕੀ ਮੈਂ ਕੰਮ ਕਰਤਾ ਹੈਂ ਠੀਕ ਹੈ ਅਤੇ ਮੁੜ ਕੇ ਬਸ ਆਉਣੋਂ ਹਟ ਗਿਆ ਇੱਧਰੋਂ ਮੁੰਡਾ ਆਉਣਾ ਜਾਣਾ ਅਤੇ ਮੁੜ ਕੇ ਆਹ ਰਾਤ ਹੀ ਆਇਆ ਅਸੀਂ ਡੱਕਿਆ ਸ਼ਰਾਬ ਦਾ ਅਸੀਂ ਮੁੰਡੇ ਨੂੰ ਗਾਲਾਂ ਦਿੱਤੀਆਂ ਕਹਿੰਦੇ ਉਸ ਨੂੰ ਅਤੇ ਉਹਦੇ ਭਰਾ ਨੂੰ ਕੁੜੀ ਦੇ ਨੂੰ ਸਰ ਕੀ ਹੈ ਮਾਮਲਾ ਰਾਤ ਜਿਹੜੇ ਦੋ ਮਰਡਰ ਹੋਏ ਆ ਕਿ ਇਹ ਬੇਸਿਕਲੀ ਇੱਕ ਸੰਦੀਪ ਸਿੰਘ ਹੈ ਸਨਫ ਕੇਵਲ ਸਿੰਘ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਕਿ ਉਹਦੇ ਭਰਾ ਨੂੰ ਅਤੇ ਉਹਦੀ ਭਰਜਾਈ ਨੂੰ ਉਹਨਾਂ ਦੇ ਹੀ ਰਿਸ਼ਤੇਦਾਰਾਂ ਨੇ ਮਤਲਬ ਲੜਕੀ ਦੇ ਬ੍ਰਦਰ ਨੇ ਅਤੇ ਚਾਚੇ ਨੇ ਅਤੇ ਚਾਚੇ ਦੇ ਮੁੰਡੇ ਨੇ ਇਹ ਰਲ ਕੇ ਇਹਨਾਂ ਦਾ ਮਰਡਰ ਕੀਤਾ ਜਿਹਦੇ 'ਚ ਜਗਮੀਤ ਸਿੰਘ ਅਤੇ ਬੇਅੰਤ ਕੌਰ ਦੀ ਮੌਤ ਹੋ ਚੁੱਕੀ ਹੈ ਅਤੇ ਜਿਹੜੇ ਦੋਸ਼ੀ ਨੇ ਉਹ ਜਲਦੀ ਹੀ ਰਾਊਂਡ ਅਪ ਕਰ ਲਵਾਂਗੇ ਸੀ ਸਰ ਇਹਨਾਂ 'ਚੋਂ ਕੋਈ ਪੁਲਿਸ ਮੁਲਾਜ਼ਮ ਵੀ ਹੈ ਕੋਈ ਪ੍ਰੇਮ ਸੰਬੰਧਾਂ ਦਾ ਮਾਮਲਾ ਸਾਹਮਣੇ ਆ ਰਿਹਾ ਹੈਗਾ ਪ੍ਰੇਮ ਸੰਬੰਧ ਨਹੀਂ ਇਹਨਾਂ ਦੀ ਬਕਾਇਦਾ ਕੋਰਟ ਮੈਰਿਜ ਹੋਈ ਸੀ 2019 'ਚ ਠੀਕ ਹੈ ਜੀ ਕੋਰਟ ਮੈਰਿਜ ਤੋਂ ਬਾਅਦ ਲੜਕੀ ਆਪਣੇ ਮਾਤਾ ਪਿਤਾ ਕੋਲ ਰਹਿ ਰਹੀ ਸੀ ਠੀਕ ਹੈ ਰਾਤ ਕਿਤੇ ਲੜਕਾ ਮਿਲਣਾ ਹੈ ਅਤੇ ਸਡਨਲੀ ਪ੍ਰੋਵੋਕੇਸ਼ਨ 'ਚ ਚੀਜ਼ ਹੋ ਗਈ ਠੀਕ ਹੈ ਜੀ ਅਤੇ ਜਿਹੜਾ ਮ੍ਰਿਤਕ ਹੈ ਮ੍ਰਿਤਕ 'ਚ ਜਿਹੜਾ ਲੜਕਾ ਹੈਗਾ ਜਗਮੀਤ ਸਿੰਘ ਜਗਮੀਤ ਸਾਡੇ ਕੋਂਸਟੇਬਲ ਹੈ ਠੀਕ ਹੈ ਜੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ 302 ਅਤੇ 34 APC ਦੀ ਸਾਰੇ ਦੋਸ਼ੀਆਂ ਦੇ ਖਿਲਾਫ ਫਿਲਹਾਲ ਤਾਂ 3 ਦਾ ਸਾਹਮਣੇ ਆਇਆ ਬਾਕੀ ਇਨਵੈਸਟੀਗੇਸ਼ਨ ਤੋਂ ਪਤਾ ਲੱਗੂਗਾ ਠੀਕ ਕੁਛ ਹੈ